ਭਾਰਤ ਵਿੱਚ ਅੱਜ ਤੋਂ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਜਾਣਗੇ ਜਿਸ ਨਾਲ ਭਾਰਤ ਦੀ ਅਪਰਾਧਿਕ ਨਿਆਂ ਪ੍ਰਣਾਲੀ ਦੇ ਵਿੱਚ ਵੱਡੇ ਪੱਧਰ ਤੇ ਤਬਦੀਲੀ ਆਵੇਗੀ ਤੇ ਅੰਗਰੇਜ਼ਾਂ ਦੇ ਵੇਲੇ ਦੇ ਕਾਨੂੰਨਾਂ ਦਾ ਅੰਤ ਹੋ ਜਾਵੇਗਾ ਇਹਨਾਂ ਤਿੰਨ ਨਵੇਂ ਕਾਨੂੰਨਾਂ ਦੇ ਨਾਮ ਭਾਰਤੀ ਨਿਆਇ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਭਾਰਤੀ ਸਾਕਸ਼ੀਆ ਅਧਿਨਿਯਮ ਇੱਥੇ ਨੇ ਇੰਡੀਅਨ ਪੀਨਲ ਕੋਡ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਲੈਣਗੇ ਜਿਹੜੇ ਕਿ ਬਰਤਾਨਵੀ ਕਾਲ ਵੇਲੇ ਲਾਗੂ ਕੀਤੇ ਗਏ ਸਨ ਇਨ੍ਹਾਂ ਕਾਨੂੰਨਾਂ ਦੇ ਵਿੱਚ ਜ਼ੀਰੋ ਐਫ ਆਈ ਆਰ ਪੁਲਿਸ ਵਿੱਚ ਆਨਲਾਈਨ ਸ਼ਿਕਾਇਤ ਦਰਜ ਕਰਾਉਣਾ ਐਸ ਐਮ ਐਸ ਯਾਨੀ ਕਿ ਮੋਬਾਈਲ ਫੋਨ ਤੇ ਸੁਨੇਹੇ ਰਾਹੀਂ ਸੱਮਨ ਭੇਜਣ ਵਰਗੇ ਇਲੈਕਟ੍ਰੋਨਿਕ ਮਾਧਿਅਮਾਂ ਤੇ ਸਾਰੇ ਗੰਭੀਰ ਅਪਰਾਧਾਂ ਵਾਲੇ ਘਟਨਾ ਸਥਾਨ ਦੀ ਲਾਜ਼ਮੀ ਵੀਡੀਓਗ੍ਰਾਫੀ ਵਰਗੀਆਂ ਮਦਾਂ ਸ਼ਾਮਿਲ ਹੋਣਗੀਆਂ ਪਾਰਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਵੇਂ ਕਾਨੂੰਨ ਨਿਯਮ ਉਹਇਆ ਕਰਵਾਉਣ ਨੂੰ ਤਰਜੀਹ ਦੇਣਗੇ ਦਿੱਲੀ ਪੁਲਿਸ ਤੇ ਬਿਹਾਰ ਪੁਲਿਸ ਨੇ ਵੀ ਅੱਜ ਤੋਂ ਲਾਗੂ ਹੋਣ ਵਾਲੇ ਨਵੇਂ ਫੌਜੀ ਕਾਨੂੰਨਾਂ ਦੀ ਪੂਰੀ ਤਿਆਰੀ ਕਰ ਲਈ ਹੈ ਪਿਛਲੇ 15 ਦਿਨਾਂ ਦੇ ਵਿੱਚ ਦਿੱਲੀ ਦੇ ਪੁਲਿਸ ਮੁਲਾਜ਼ਮਾਂ ਦੇ ਲਈ ਇੱਕ ਸਿਖਲਾਈ ਪ੍ਰਕਿਰਿਆ ਇਹਨਾਂ ਨਵੇਂ ਕਾਨੂੰਨਾਂ ਦੇ ਤਹਿਤ ਸ਼ੁਰੂ ਕੀਤੀ ਗਈ ਸੀ ਕਿ ਜਦੋਂ ਇਹ ਲਾਗੂ ਹੋ ਜਾਣਗੇ ਤਾਂ ਪੁਲਿਸ ਨੇ ਕੰਮ ਕਿਵੇਂ ਕਰਨਾ ਹੈ ਹਾਲਾਂਕਿ ਦੂਸਰੇ ਪਾਸੇ ਇਹਨਾਂ ਕਾਨੂੰਨਾਂ ਦੇ ਵਿਰੋਧ ਦੀਆਂ ਵੀ ਤਿਆਰੀਆਂ ਹੋ ਚੁੱਕੀਆਂ ਨੇ ਪੰਜਾਬ ਦੇ ਵਕੀਲਾ ਨੇਤਾ ਪਿਛਲੇ ਦਿਨੀ ਐਲਾਨ ਕਰ ਦਿੱਤਾ ਸੀ ਕਿ ਜੇ 1 ਜੁਲਾਈ ਤੋਂ ਇਹ ਨਵੇਂ ਕਾਨੂੰਨ ਲਾਗੂ ਹੁੰਦੇ ਨੇ ਤਾਂ ਉਹ ਮੁਹਿੰਮ ਵਿੜਣਗੇ ਰੋਸ ਮੁਜ਼ਾਹਰੇ ਸ਼ੁਰੂ ਕਰਨਗੇ ਇਸੀ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਲਲਕਾਰ ਜਥੇਬੰਦੀ ਸਮੇਤ ਹੋਰ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਅੱਜ ਸ਼ਾਮ ਨੂੰ 5 ਵਜੇ ਸੈਕਟਰ 17 ਪਲਾਜ਼ਾ ਦੇ ਵਿੱਚ ਅੱਜ ਤੋਂ ਲਾਗੂ ਹੋਣ ਵਾਲੇ ਤਿੰਨ ਨਵੇਂ ਕਾਨੂੰਨਾਂ ਖਿਲਾਫ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਕਾਨੂੰਨ ਮਾਹਿਰਾਂ ਦੇ ਵੱਲੋਂ ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਕਾਨੂੰਨ ਆਮ ਲੋਕਾਂ ਖਾਸ ਤੌਰ ਤੇ ਗਰੀਬਾਂ ਕਮਜ਼ੋਰਾਂ ਤੇ ਹਾਸ਼ੀਏ ਤੇ ਰਹਿਣ ਵਾਲੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰਨਗੇ ਤੇ ਇਹਨਾਂ ਕਾਨੂੰਨਾਂ ਦੇ ਵਿੱਚ ਜਿਹੜੀ ਸਭ ਤੋਂ ਵੱਧ ਖਤਰੇ ਵਾਲੀ ਗੱਲ ਲੱਗ ਰਹੀ ਹੈ ਉਹ ਪੁਲਿਸ ਰਿਮਾਂਡ ਦੇ ਵਿੱਚ ਵਾਧੇ ਦੀ ਗੱਲ ਹੈ ਜਿਸ ਨੂੰ ਵੱਡੀ ਗਿਣਤੀ ਦੇ ਵਿੱਚ ਵਧਾਇਆ ਗਿਆ ਹੈ ਇਸ ਤੋਂ ਇਲਾਵਾ ਸਰਕਾਰ ਦੀ ਜਿਤਸੀ ਆਲੋਚਨਾ ਕਰੋਗੇ ਤਾਂ ਕੋਈ ਵੀ ਤੁਹਾਡੇ ਖਿਲਾਫ ਸ਼ਿਕਾਇਤ ਕਰੇਗਾ ਤਾਂ ਤੁਹਾਡੇ ਖਿਲਾਫ ਪੁਲਿਸ ਕੇਸ ਦਰਜ ਹੋਵੇਗਾ। ਉਧਰ NEET UG ਮਾਮਲੇ ਦੀ ਜਾਂਚ ਕਰ ਰਹੀ CBI ਦੇ ਅਧਿਕਾਰੀਆਂ ਨੇ ਗੋਧਰਾ ਦੇ ਇੱਕ ਨਿੱਜੀ ਸਕੂਲ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੀ ਪਛਾਣ ਦਿਕਸ਼ਿਤ ਪਟੇਲ ਵਜੋਂ ਹੋਈ ਹੈ ਜੋ ਗੋਧਰਾ ਨੇੜੇ ਪੰਚਮਾਲ ਜ਼ਿਲ੍ਹੇ ਦੇ ਜੈ ਜਾਲਾਰਾਮ ਸਕੂਲ ਦਾ ਮਾਲਕ ਹੈ। ਇੱਥੇ ਵੀ ਪੰਜ ਮਹੀਨਿਆਂ ਨੂੰ NEET UG ਪ੍ਰੀਖਿਆ ਹੋਈ ਸੀ। ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਤੋਂ ਬਾਅਦ ਕੱਲ ਨਰੇਂਦਰ ਮੋਦੀ ਨੇ ਪਹਿਲੀ ਵਾਰੀ ਆਪਣੇ ਮਨ ਦੀ ਬਾਤ ਕੀਤੀ। ਅਤੇ ਹਰੇਕ ਨਾਗਰਿਕ ਨੂੰ ਮਾਂ ਦੇ ਨਾਮ ਤੇ ਇੱਕ ਰੁੱਖ ਲਾਉਣ ਦੀ ਅਪੀਲ ਕੀਤੀ। ਲਗਭਗ ਚਾਰਵੇਂ ਨਿਵਾਦ ਰੇਡੀਓ ਸੰਵਾਦ ਪ੍ਰੋਗਰਾਮ ਮੰਕੀ ਬਾਦ 111ਵੇਂ ਅੰਕ ਚ ਬੋਲਦਿਆਂ ਪੀਐਮ ਮੋਦੀ ਨੇ 2024 ਦੀਆਂ ਆਮ ਚੋਣਾਂ ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੋਣਾਂ ਦੱਸਿਆ ਅਤੇ ਕਿਹਾ ਕਿ ਚੋਣਾਂ ਦੇ ਵਿੱਚ ਲੋਕਾਂ ਨੇ ਸੰਵਿਧਾਨ ਤੇ ਲੋਕਤੰਤਰ ਦੇ ਵਿੱਚ ਵਿਸ਼ਵਾਸ ਦੁਹਰਾਇਆ ਹੈ। ਮੋਦੀ ਨੇ 30 ਜੂਨ ਨੂੰ ਆਦੀਵਾਸੀਆਂ ਵੱਲੋਂ ਮਨਾਏ ਜਾਂਦੇ ਹੂਲ ਦਿਵਸ ਦਾ ਵੀ ਜ਼ਿਕਰ ਕੀਤਾ। ਮਾਂ ਦੇ ਨਾਮ ਤੇ ਰੁੱਖ ਲਾਉਣ ਦੀ ਅਪੀਲ ਕਰਦੇ ਆ ਪੀਐਮ ਮੋਦੀ ਨੇ ਦੱਸਿਆ ਕਿ ਇਸ ਸਾਲ ਵਿਸ਼ਵ ਚੌਗਿਰਦਾ ਦਿਵਸ ਤੇ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਨਾਮ ਇੱਕ ਪੇੜ ਮਾਂ ਦੇ ਨਾਮ ਹੈ ਮੋਦੀ ਨੇ ਕਿਹਾ ਕਿ ਉਹਨਾਂ ਨੇ ਵੀ ਆਪਣੀ ਮਾਂ ਦੇ ਨਾਮ ਤੇ ਇੱਕ ਰੁੱਖ ਲਾਇਆ ਹੈ ਇੱਕ ਵਿਸ਼ੇਸ਼ ਅਭਿਆਨ ਸ਼ੁਰੂ ਕੀਤਾ ਗਿਆ ਹੈ ਇਸ ਅਭਿਆਨ ਦਾ ਨਾਮ ਹੈ ਇੱਕ ਪੇੜ ਮਾਂ ਕੇ ਨਾਮ ਮੈਨੇ ਵੀ ਇੱਕ ਪੇੜ ਆਪਣੀ ਮਾਂ ਕੇ ਨਾਮ ਲਗਾਇਆ ਹੈ ਮੈਨੇ ਸਭੀ ਦੇਸ਼ਵਾਸੀਓ ਸੇ दुनिया के सभी देशों के लोगों से ये अपील की है कि अपनी मां के साथ मिलकर या उनके नाम पर एक पैड जरूर लगाएं। टी ट्वेंटी का फाइनल मुकाबला दहाकिया बाद जितने भारतीय तो टीम नारे पासया तो वधाइया मिल रही ने ਇਸ ਦਰਮਿਆਨ BCCI ਯਾਨੀ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼ਤਰਜਾਇ ਸ਼ਾਨੇ T20 ਵਿਸ਼ਵ ਕੱਪ ਵਿੱਚ ਭਾਰਤ ਦੀ ਇਤਿਹਾਸਿਕ ਖਿਤਾਬੀ ਜਿੱਤ ਦੀ ਸ਼ਲਾਘਾ ਕਰਦਿਆਂ ਟੀਮ ਨੂੰ 750 ਕਰੋੜ ਯਾਨੀ ਕਿ 125 ਕਰੋੜ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਸ਼ਾਨੇ ਕਿਹਾ ਕਿ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਲੋਚਕਾਂ ਨੂੰ ਚੁੱਪ ਕਰਵਾ ਦਿੱਤਾ ਹੈ T20 ਦੀ ਟਰਾਫੀ ਜਿੱਤਣ ਦੇ ਨਾਲ ਹੀ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਨੇ T20 ਕ੍ਰਿਕਟ ਤੋਂ ਸਨਿਆਸ ਲੈਣ ਦਾ ਐਲਾਨ ਕਰ ਦਿੱਤਾ ਤੇ ਉਹਨਾਂ ਦੇ ਐਲਾਨ ਨਾਲ ਭਾਰਤੀ ਕ੍ਰਿਕਟ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਇਨ੍ਹਾਂ ਖਿਡਾਰੀਆਂ ਦੇ ਸਹੀ ਸਮੇਂ ਤੇ T20 ਤੋਂ ਸਨਿਆਸ ਲੈਣ ਦੇ ਐਲਾਨ ਤੋਂ ਬਾਅਦ ਹੁਣ ਭਾਰਤੀ ਟੀਮ ਮੈਨੇਜਮੈਂਟ ਨੂੰ 2026 ਦੇ ਵਿੱਚ ਭਾਰਤ 'ਚ ਖੇਡੇ ਜਾਣ ਵਾਲੀ T20 ਵਿਸ਼ਵ ਕੱਪ ਤੋਂ ਪਹਿਲਾਂ ਨੌਜਵਾਨ ਤੇ ਉੱਬਰ ਦੇ ਖਿਡਾਰੀਆਂ ਨਾਲ ਲੈਸ ਟੀਮ ਬਣਾਉਣ ਵਾਸਤੇ ਯੋਜਨਾਵੰਦੀ ਲਈ ਬਾਵਾ ਸਵਾ ਮਿਲ ਜਾਊਗਾ। BCCI ਦੇ ਪ੍ਰਧਾਨ ਰੌਜਰ ਬਿਨੀ ਨੇ ਵੀ ਕਿਹਾ ਕਿ ਅਸੀਂ ਸਟਾਰ ਖਿਡਾਰੀਆਂ ਤੋਂ ਬਿਨਾ ਹੁਣ ਟੀਮ ਐਨੇ ਸਮੇਂ ਦੇ ਵਿੱਚ ਤਿਆਰ ਕਰ ਲਵਾਂਗੇ। ਉਦੋਂ T20 ਵਿਸ਼ਵ ਕੱਪ ਖਤਮ ਹੋਣ ਦੇ ਨਾਲ ਹੀ ਮੁੱਖ ਕੋਚ ਰਾਹੁਲ ਦਰਾਵਿੜ ਦਾ ਵੀ ਬੋਰਡ ਨਾਲ ਕਰਾਰ ਖਤਮ ਹੋ ਗਿਆ ਤੇ BCCI ਨੇ ਦਰਾਵਿੜ ਦੇ ਬਦਲ ਲਈ ਵੀ ਭਾਲ ਵਿੱਡ ਦਿੱਤੀ ਹੈ ਤੇ ਸਭ ਤੋਂ ਮੂਰੇ ਸਾਬਕਾ ਕ੍ਰਿਕਟ ਖਿਡਾਰੀ ਗੌਤਮ ਗੰਭੀਰ ਦਾ ਨਾਮ ਚੱਲ ਰਿਹਾ ਹੈ। ਬਿਨਾਂ ਸ਼ੱਕ ਐਤਕੀ ਭਾਰਤੀ ਟੀਮ ਆਪਣੇ ਗੇਂਦਬਾਜ਼ਾਂ ਦੇ ਦਮ ਤੇ ਹੀ ਵਿਸ਼ਵ ਜੇਤੂ ਬਣੀ ਹੈ। ਤੇ 2022 ਦੇ ਵਿੱਚ ਜਿਹੜੇ ਪੰਜਾਬੀ ਖਿਡਾਰੀ ਅਰਸ਼ਦੀਪ ਸਿੰਘ ਨੂੰ ਖਾਲਿਸਤਾਨੀ ਕਹਿ ਕੇ ਕੁਝ ਸੰਕੀ ਮਾਨਸਿਕਤਾ ਦੇ ਲੋਕਾਂ ਦੇ ਵੱਲੋਂ ਭੰਡਿਆ ਗਿਆ ਸੀ ਉਸ ਦੇ ਦਮ ਤੇ ਐਤਕੀ ਭਾਰਤੀ ਟੀਮ ਨੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ